ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨੋ ਦੇ ਵਿੱਚ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਮੌਕ ਟੈਸਟ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਅਧਿਆਨ ਪੂਰਨ ਹੋਏਗਾ ਤੁਹਾਡੇ ਲਈ ਇਗਜ਼ਾਮ ਵਿੱਚ ਬਹੁਤ ਹੀ ਅਧਾ ਮਹੱਤਵਪੂਰਨ ਹੋਏਗਾ ਠੀਕ ਹੈ ਜੀ ਸੋ ਵੀਡੀਓ ਤੁਸੀਂ ਅੰਤ ਤੱਕ ਜਰੂਰ ਮਰਿਓ ਤੇ ਜੋ ਵੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਾਇਓ ਕਿਉਂਕਿ ਐਦਾਂ ਦੀ ਹੀ ਜਾਣਕਾਰੀ ਤੁਹਾਡੇ ਵੱਲ ਤੇ ਹਰ ਰੋਜ਼ ਲੈ ਕੇ ਆਉਂਦੇ ਰਹਿੰਦੇ ਹਾਂ ਠੀਕ ਹੈ ਜੀ ਸੋ ਚੱਲਦੇ ਆ ਜੀ ਆਪਾਂ ਪਹਿਲੇ ਕੁਸ਼ਨ ਦੇ ਵੱਲ ਤੇ ਕੁਸ਼ਨ ਦਾ ਆਨਸਰ ਦੇਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਜ਼ਰੂਰ ਆਪਣੇ ਮਾਈਂਡ ਵਿੱਚ ਸੋਚਣਾ ਹੈ ਤੇ ਫਿਰ ਆਨਸਰ ਦੇਣ ਦੀ ਕੋਸ਼ਿਸ਼ ਕਰਨੀ ਹੈ ਠੀਕ ਹੈ ਜੀ ਸੋ ਚਲਦੇ ਆ ਜੇ ਪਹਿਲੇ ਕੁਸ਼ਚਨ ਦੇ ਬਾਅਦ ਪਹਿਲਾ ਕੁਸ਼ਚਨ ਹੈ ਜੀ ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਸੋ ਜਿੰਨਾਂ ਨੂੰ ਵੀ ਇਹਦਾ ਰਾਈਟ ਆਨਸਰ ਪਤਾ ਹੈ ਜ਼ਰੂਰ ਕਮੈਂਟ ਬੋ ਦੇ ਵਿੱਚ ਦੱਸ ਦੋ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਫਾਰਸੀ ਤੋਂ ਹਾਂ ਜੀ ਬਿਲਕੁਲ ਰਾਈਟ ਆਨਸਰ ਹੈ ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਤੁਹਾਡਾ ਬਿਲਕੁਲ ਰਾਈਟ ਹੋਏਗਾ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਠੀਕ ਹੈ ਜੀ ਤੋ ਜ਼ਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆਂ ਜੀ ਅਗਲੇ ਕੁਸ਼ਣ ਦੇ ਵੱਲ ਹਾਂਜੀ ਅਗਲਾ ਸਵਾਲ ਜੀ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਕੌਣ ਹੈ ਬਹੁਤ ਹੀ ਜ਼ਰੂਰੀ ਇਹਨੇ ਪੂਣੇ ਕੁਸ਼ਣ ਹੋਵੇਗਾ ਆਉਣ ਵਾਲੇ ਐਗਜ਼ਾਮ ਦੇ ਲਈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਸੀ ਹੈ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਭਗਵੰਤ ਸਿੰਘ ਮਾਨ ਹਾਂ ਜੀ ਬਿਲਕੁਲ ਰਾਈਟ ਆਨਸਰ ਹੈ ਜੀ ਭਗਵੰਤ ਮਾਨ ਤੁਹਾਨੂੰ ਪਤਾ ਹੋਏਗਾ ਜੋ ਪੰਜਾਬ ਦੇ ਵਰਤਮਾਨ ਵਿੱਚ ਮੁੱਖ ਮੰਤਰੀ ਹਨ ਭਗਵੰਤ ਸਿੰਘ ਮਾਨ ਤੇ ਕਿਹੜੀ ਪਾਰਟੀ ਨਾਲ ਬਿਲੋਂਗ ਰੱਖਦੇ ਆ ਸੰਬੰਧ ਰੱਖਦੇ ਆ ਇਹ ਵੀ ਤੁਹਾਨੂੰ ਧਿਆਨ ਵਿੱਚ ਰੱਖਣਾ ਹੈ ਆਮ ਆਦਮੀ ਪਾਰਟੀ ਨਾਲ ਤੁਹਾਨੂੰ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਆ ਜੀ ਅਗਲੇ ਕੁਸ਼ਨ ਦੇ ਵੱਗ ਹਾਂਜੀ ਆਪਾਂ ਜੀ ਪੰਜਾਬ ਦਾ ਮੌਜੂਦਾ ਗਵਰਨਰ ਕੌਣ ਹੈ ਸੋ ਜਿਨ੍ਹਾਂ ਨੂੰ ਵੀ ਰਾਈਟ ਆਨਸਰ ਪਤਾ ਹੈ ਜ਼ਰੂਰ ਕਮੈਂਡ ਕਰੋ ਉਸ ਦੇ ਵਿੱਚ ਨਾਲ ਦੀ ਨਾਲ ਦੱਸੀ ਜਾਈਓ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਬੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਬਨਵਾਰੀ ਲਾਲ ਪ੍ਰੋਹਿਤ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਪੰਜਾਬ ਦੇ ਮੌਜੂਦਾ ਗਵਰਨਰ ਕੌਣ ਹਨ ਤੁਹਾਡਾ ਬਿਲਕੁਲ ਰਾਈਟ ਆਨਸਰ ਹੈ ਭਵਰਾਜਪਾਲ ਠੀਕ ਹੈ ਜੀ ਸੋ ਬਨਵਾਰੀ ਲਾਲ ਪ੍ਰੋਹਿਤ ਠੀਕ ਹੈ ਜੀ ਸੋ ਜਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਵੱਲ ਹਾਂਜੀ ਆਪਾਂ ਜੀ ਪੰਜਾਬ ਦਾ ਕਿਹੜਾ ਸ਼ਹਿਰ ਖੇਡਾਂ ਦੇ ਸਮਾਨ ਦੇ ਨਿਰਮਾਣ ਲਈ ਮਸ਼ਹੂਰ ਹੈ ਸੋ ਕਿਹੜਾ ਸ਼ਹਿਰ ਇਸ ਚਾਰਟਡ ਆਪਸ਼ਨ ਹੈ ਤੁਸੀਂ ਰਾਈਟ ਆਨਸਰ ਦੱਸਣਾ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਜਲੰਧਰ ਹਾਂ ਜਲੰਧਰ ਜੋ ਸ਼ਹਿਰ ਹੈ ਠੀਕ ਹੈ ਜੀ ਵੈਸ ਦਾ ਇੱਥੇ ਬਹੁਤ ਦੇ ਇੰਡਸਟਰੀ ਹਨ ਠੀਕ ਹੈ ਜੀ ਬਹੁਤ ਜ਼ਿਆਦਾ ਫੈਕਟਰੀਆਂ ਹਨ ਪਰ ਜੋ ਖਾਸ ਤੌਰ ਤੇ ਬਣਿਆ ਹੁੰਦਾ ਹੈ ਖੇਡਾਂ ਦੇ ਸਮਾਨ ਲਈ ਇਹ ਜੋ ਸ਼ਹਿਰ ਹੈ ਮਸ਼ਹੂਰ ਹੈ ਤੇ ਮੰਨਿਆ ਫਰਮੰਨੇ ਹੈ ਠੀਕ ਹੈ ਜੀ ਸੋ ਜਰੂਰ ਧਿਆਨ ਚ ਰੱਖਿਓ ਬਾਕੀ ਚੱਲਦੇ ਆ ਜੀ ਅਗਲੇ ਕੁਸ਼ਣ ਦੇ ਬਾਅਦ ਹਾਂ ਜੀ ਅਲੱਗ ਨੇ ਜੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਜਿਨਾਂ ਨੂੰ ਵੀ ਇਹਦਾ ਰਾਈਟ ਆਨਸਰ ਪਤਾ ਹੈ ਜਰੂਰ ਕਮੈਂਟ ਬੋ ਦੇ ਵਿੱਚ ਲਿਖ ਦਿਓ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਏ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਡਾਕਟਰ ਗੋਪੀ ਚੰਦ ਭਾਰਗਵ ਹਾਂਜੀ ਬਿਲਕੁਲ ਰਾਈਟ ਆਨਸਰ ਹੋਏਗਾ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਗੋਪੀ ਚੰਦ ਭਾਰਗਵ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਬਾਕੀ ਚੱਲਦੇ ਆ ਜੀ ਕੁਸ਼ਨ ਬਾਕੀ ਜਰੂਰ ਧਿਆਨ ਵਿੱਚ ਰੱਖਿਓ ਹਾਂਜੀ ਆਪਾਂ ਜੀ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੰਜਾਬੀ ਲੋਕ ਨਾਚ ਮਰਦਾਂ ਲਈ ਇੱਕ ਨਾਚ ਰੂਪ ਨਹੀਂ ਹੈ ਦੱਸੋ ਜੀ ਕਿਹੜਾ ਚਾਰ ਆਪਸ਼ਨ ਤੁਹਾਡੇ ਸਾਹਮਣੇ ਸੋ ਇਹਦਾ ਜੇ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਡੀ ਇਸ ਦਾ ਬਿਲਕੁਲ ਏਨਰ ਹੋਗਾ ਸੰਮੀ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਇਹ ਜੋ ਹੈ ਠੀਕ ਹੈ ਜੀ ਇਹ ਮਰਦਾਂ ਦਾ ਲੋਕ ਨਾਚ ਨਹੀਂ ਹੈ ਬਾਕੀ ਝੂਮਰ ਭੰਗੜਾ ਤੇ ਮਲਵਾਈ ਗਿੱਦਾ ਇਹ ਤਿੰਨੇ ਹੀ ਕੀ ਹਨ ਮਰਦਾਂ ਦੇ ਲੋਕ ਨਾਚ ਹਨ ਠੀਕ ਹੈ ਜੀ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲੇ ਕੁਸ਼ਣ ਦੇ ਬਾਅਦ ਹਾਂਜੀ ਆਲਸ ਜੀ ਸਾਲ 2020 ਲਈ ਪੰਜਾਬੀ ਭਾਸ਼ਾ ਲਈ ਸਾਹਿਤ ਅਕਾਦਮੀ ਪੁਰਸਕਾਰ ਕਿਸ ਨੇ ਜਿੱਤਿਆ ਹੈ ਸੋ ਬਹੁਤ ਹੀ ਜ਼ਿਆਦਾ ਇਨ ਪ੍ਰੋਬਸ਼ਨ ਐ ਇਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਗੁਰਦੇਵ ਸਿੰਘ ਰੁਪਾਣਾ ਹਾਂ ਜੀ ਬਿਲਕੁਲ ਰਾਈਟ ਆਨਸਰ ਹੋਏਗਾ ਸਾਲ 2020 ਦੇ ਵਿੱਚ ਠੀਕ ਹੈ ਜੀ ਲਈ ਪੰਜਾਬੀ ਭਾਸ਼ਾ ਲਈ ਠੀਕ ਹੈ ਜੀ ਸਾਹਿਤ ਅਕਾਦਮੀ ਪੁਰਸਕਾਰ ਸਾਹਿਤ ਅਕਾਦਮੀ ਪੁਰਸਕਾਰ ਕਿਸ ਨੇ ਜਿੱਤਿਆ ਹੈ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਗੁਰਦੇਵ ਸਿੰਘ ਪੁਰਾਣਾ ਤੁਸੀਂ ਇਹ ਨਾਮ ਜੋ ਹੈ ਜ਼ਰੂਰ ਧਿਆਨ ਵਿੱਚ ਰੱਖਿਓ ਠੀਕ ਹੈ ਜੀ ਬਾਕੀ ਚੱਲਦੇ ਹਾਂ ਜੀ ਅਗਲੇ ਕੁਸਚਨ ਦੇ ਵੱਲ ਹਾਂ ਜੀ ਅਗਲਾ ਕੁਸਚਨ ਹੈ ਜੀ ਨਵੀਂ ਦਿੱਲੀ ਵਿਖੇ ਗਨਤੰਤਰ ਦਿਵਸ ਪਰੇਡ 2021 ਵਿੱਚ ਪੰਜਾਬ ਦੀ ਝਾਕੀ ਦਾ ਵਿਸ਼ਾ ਕੀ ਸੀਗਾ ਸੋ ਬਹੁਤ ਜ਼ਿਆਦਾ ਇਨਪੁਟ ਕੁਸ਼ਨ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਬੀ ਇਸ ਦਾ ਬਿਲਕੁਲ ਰਾਈਟ ਆਨਸਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਠੀਕ ਹੈ ਜੀ ਸੋ ਜ਼ਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲੇ ਆਪਸ਼ਨ ਦੇ ਬਾਅਦ ਹਾਂਜੀ ਆਰ ਹੈ ਜੀ ਪੰਜਾਬ ਦੀ ਰਾਜਧਾਨੀ ਕਿਹੜਾ ਸ਼ਹਿਰ ਹੈ ਦੱਸੋ ਜੀ ਕਿਹੜੀ ਹੈ ਪੰਜਾਬ ਦੀ ਰਾਜਧਾਨੀ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਚੰਡੀਗੜ੍ਹ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਤੇੜਾ ਬਿਲਕੁਲ ਰਾਈਟ ਆਨਸਰ ਹੋਵੇਗਾ ਚੰਡੀਗੜ੍ਹ ਦਾ ਬਿਲ ਹੋ ਜਾਏਗਾ ਠੀਕ ਹੈ ਸੋ ਬਾਕੀ ਚੱਲਦੇ ਆ ਜੀ ਅਗਲੇ ਕੁਸਚਨ ਦੇ ਬਾਅਦ ਹਾਂਜੀ ਅਗਲਾ ਕੁਸਚਨ ਹੈ ਜੀ ਕਿਹੜੀ ਨਦੀ ਮਾਲਵੀ ਅਤੇ ਦੁਆਬੇ ਨੂੰ ਵੱਖ ਕਰਦੀ ਹੈ ਸੋ ਕਿਹੜੀ ਕਰਦੀ ਹੈ ਜੀ ਚਾਰ ਆਪਸ਼ਨ ਤੁਹਾਡੇ ਸਾਹਮਣੇ ਸੋ ਇਹਦੇ ਵਿੱਚ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸਤਲੁਜ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਕਿਹੜੀ ਨਦੀ ਹੈ ਜੋ ਮਾਲਵਾ ਖੇਤਰ ਤੇ ਦੁਆਬਾ ਖੇਤਰ ਨੂੰ ਵੱਖ ਕਰਦੀ ਹੈ ਤੁਹਾਡਾ ਬਿਲਕੁਲ ਏਨਰ ਹੋਗਾ ਸਤਲੁਜ ਠੀਕ ਹੈ ਜੀ ਦਰਿਆ ਜ ਸਤਲੁਜ ਨਦੀ ਠੀਕ ਹੈ ਜੀ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੀ ਅਗਲੇ ਕੁਸਚਨ ਦੇ ਬਾਅਦ हां जी अगला प्रश्न है हान, 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 जी किड़े देश ਵਿੱਚ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਲੋਕ ਹਨ ਬਹੁਤ ਜਿਦਾ ਪ੍ਰੋਬਲਮ ਹੈ ਬਹੁਤ ਜਿਦਾ ਜੋ ਕੈਂਡੀਡੇਟ ਹਨ ਉਹ ਇਸ ਨੂੰ ਗਲਤ ਕਰ ਆਉਂਦੇ ਹਨ ਠੀਕ ਹੈ ਜੀ ਸੋ ਅੱਜ ਤੁਹਾਨੂੰ ਇਹਦਾ ਬਿਲਕੁਲ ਰਾਈਟ ਆਨਸਰ ਦੱਸਾਂਗੇ ਸੋ ਜਿਨ੍ਹਾਂ ਨੂੰ ਵੀ ਰਾਈਟ ਆਨਸਰ ਪਤਾ ਹੈ ਜਰੂਰ ਕਮੈਂਟ ਬੋ ਦੇ ਵਿੱਚ ਦੱਸਿਓ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਡੀ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਪਾਕਿਸਤਾਨ ਹਾਂ ਜੀ ਬਿਲਕੁਲ ਰਾਈਟ ਆਨਸਰ ਹੈ ਪਾਕਿਸਤਾਨ ਵਿੱਚ ਹੀ ਠੀਕ ਹੈ ਜੀ ਦੇਸ਼ ਇਹ ਹੋਇਆ ਇੱਕ ਦੇਸ਼ ਹੈ ਜਿੱਦੇ ਪੰਜਾਬੀ ਜੋ ਸਭ ਤੋਂ ਵੱਧ ਬੋਲੀ ਜਾਂਦੀ ਹੈ ਠੀਕ ਹੈ ਸੋ ਤੁਸੀਂ ਕੈਨੇਡੀਨ ਕਰਦੇ ਨੇ ਭਾਰਤ ਨੂੰ ਜਾਂ ਪੰਜਾਬ ਨੂੰ ਠੀਕ ਹੈ ਜੀ ਪੰਜਾਬ ਤਾਂ ਇੱਕ ਅਲੱਗ ਹੀ ਹੋਗੀ ਪਰ ਇੱਥੇ ਗੱਲ ਕਰ ਰਿਹਾ ਦੇਸ਼ ਦੀ ਤਾਂ ਦੇਸ਼ ਭਾਰਤ ਦੇਸ਼ ਵਿੱਚ ਪੰਜਾਬੀ ਜੋ ਬਹੁਤ ਘੱਟ ਬੋਲੀ ਜਾਂਦੀ ਹੈ ਪਰ ਪਾਕਿਸਤਾਨ ਜੋ ਦੇਸ਼ ਹੈ ਠੀਕ ਹੈ ਜੀ ਇਸ ਵਿੱਚ ਸਭ ਤੋਂ ਜ਼ਿਆਦਾ ਜੋ ਹੈ ਪੰਜਾਬੀ 85 ਤੋਂ ਠੀਕ ਹੈ ਜੀ 90% ਲੋਕ ਹਨ ਜੋ ਪੰਜਾਬੀ ਬੋਲਦੇ ਹਨ ਠੀਕ ਹੈ ਤੇ ਬਹੁਤ ਹੀ ਜ਼ਿਆਦਾ ਸਪਸ਼ਟੀ ਵਾਲੀ ਜੋ ਹੈ ਪੰਜਾਬੀ ਬੋਲਦੇ ਹਨ ਜਿੱਦਕ ਤੁਹਾਨੂੰ ਪਤਾ ਹੈ ਇੱਕ ਪਰਸਨ ਹੈ ਜਿਸ ਨੇ ਇੱਕ ਚੈਨਲ ਬਣਾਇਆ ਜੋ ਕਿ ਆਏ ਦਿਨ ਹੀ ਇੰਟਰਵਿਊ ਲੈਂਦਾ ਰਹਿੰਦਾ ਉਥੋਂ ਦੇ ਆਪਣੇ ਜਿਹੜੇ ਲੋਕੇ ਤੋਂ ਛੱਡ ਗਏ ਸੀ ਪੰਜਾਬ ਉਸ ਟਾਈਮ ਤੇ ਤੇ ਪਾਕਿਸਤਾਨ ਗਏ ਸੀ ਉਹਨਾਂ ਦੇ ਇੰਟਰਵਿਊਜ਼ ਕਰਦਾ ਰਹਿੰਦਾ ਠੀਕ ਹੈ ਸੋ ਬਹੁਤ ਹੀ ਜ਼ਿਆਦਾ ਜੋ ਕਲੈਰਟੀ ਵਾਲੀ ਉਹ ਪੰਜਾਬੀ ਬੋਲਦੇ ਹਨ ਠੀਕ ਹੈ ਜੀ ਸੋ ਜ਼ਰੂਰ ਧਿਆਨ ਦੇ ਰਕਿਓ ਹੁਣ ਤੁਸੀਂ ਗਲਤ ਨਾ ਕਰਕੇ ਆਓ ਇਸ ਦਾ ਬਿਲਕੁਲ ਰਾਈਟ ਅਨਸਰ ਹੋਏਗਾ ਪਾਕਿਸਤਾਨ ਸੋ ਬਾਕੀ ਚੱਲਦੇ ਹਾਂ ਜੀ ਅਗਲਾ ਕੁਐਸ हां जी ਆਹ ਰਕਣਾ ਜੀ ਕਿਸ ਸਿੱਖ ਜਰਨੈਲ ਨੇ ਦਿੱਲੀ ਜਿੱਤ ਕੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਸੋ ਬਹੁਤ ਜਿਆਦਾ ਇਹਨਾਂ ਨੂੰ ਪੁੱਛਣਾ ਹੈ ਜਿਨ੍ਹਾਂ ਨੂੰ ਵੀ ਰਾਈਟ ਆਨਸਰ ਪਤਾ ਹੈ ਜਰੂਰ ਕਮੈਂਟ ਬੋ ਦੇ ਵਿੱਚ ਦੱਸਿਓ ਸੋ ਇਹਦੇ ਵਿੱਚ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਭਾਈ ਬਗੇਲ ਸਿੰਘ ਜੀ ਆਹ ਜੀ ਬਿਲਕੁਲ ਰਾਈਟ ਆਨਸਰ ਹੈ ਭਾਈ ਬਗੇਲ ਸਿੰਘ ਜੀ ਇਹ ਕਹੋ ਜੇ ਜਰਨੈਲ ਸਿੱਖ ਜਰਨੈਲ ਸੀਗੇ ਜਿਨ੍ਹਾਂ ਨੇ ਦਿੱਲੀ ਜਿੱਤ ਕੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾਇਆ ਸੀਗਾ ਤੇ ਕਦੋਂ ਲਹਿਰਾਇਆਗੇ 1783 ਦੇ ਵਿੱਚ ਠੀਕ ਹੈ ਜੀ ਬਿਲਕੁਲ ਰਾਈਟ ਆਨਸਰ ਹੈ 1783 ਦੇ ਵਿੱਚ ਇਹਨਾਂ ਨੇ ਜੋ ਹੈ ਨਿਸ਼ਾਨ ਸੈਵਲ ਹੈ ਰਹੀ ਸੀ ਲਾਲ ਕਿਡੇ ਤੇ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੇ ਅਗਲਾ ਕੁਸ਼ਣ ਦੇ ਬਾਅਦ ਹਾਂਜੀ ਆਪਸ਼ਨ ਹੈ ਜੀ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਜਿਨਾਂ ਨੂੰ ਵੀ ਰਾਈਟ ਅਨਸਰ ਪਤਾ ਹੈ ਜਰੂਰ ਦੱਸਿਓ ਸੋ ਇਹ ਤਾਂ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਲਾਹੌਰ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਪੰਜਾਬ ਦੀ ਰਾਜਧਾਨੀ ਤੋਂ ਪਹਿਲ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਕਿਹੜੀ ਸੀਗੀ ਤੁਹਾਡਾ ਬਿਲਕੁਲ ਇਹਨਾਂ ਤਰ੍ਹਾਂ ਲਾਹੌਰ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਆਜ਼ਾਦ ਤੋਂ ਆਜ਼ਾਦੀ ਤੋਂ ਪਹਿਲਾਂ ਜਦੋਂ ਭਾਰਤ ਆਜ਼ਾਦ ਹੋਣ ਤੋਂ ਪਹਿਲਾਂ ਲਾਹੌਰ ਇਸ ਦੀ ਕੀ ਸੀ ਰਾਜਧਾਨੀ ਸੀ ਤੇ ਜੇਕਰ ਤੁਹਾਨੂੰ ਪੁੱਛ ਲੇ ਕਿ ਆਜ਼ਾਦੀ ਤੋਂ ਬਾਅਦ ਕਿਹੜੀ ਸੀ ਠੀਕ ਹੈ ਜੀ ਸੋ ਉਦੋਂ ਚੰਡੀਗੜ੍ਹ ਨਹੀਂ ਬਣੀ ਸੀ ਉਸ ਤੋਂ ਪਹਿਲਾਂ ਸੀ 1966 ਦੇ ਤੱਕ ਹੋਈ ਸੀ ਸ਼ਿਮਲਾ ਠੀਕ ਹੈ ਸ਼ਿਮਲਾ ਰਾਈਟ ਆਨਸਰ ਹੋਏਗਾ 1966 ਤੋਂ ਬਾਅਦ ਜੋ ਹੈ ਚੰ ਤੋ ਜ਼ਰੂਰ ਧਿਆਨ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲੇ ਕੁਸਚਨ ਦੇ ਵੱਲ ਹਾਂਜੀ 8 ਹੈ ਜੀ ਪੰਜਾਬ ਨਾਮ ਦਾ ਸੰਬੰਧਿਤ ਅਰਥ ਕੀ ਹੈ ਸੋ ਜਿਨ੍ਹਾਂ ਨੂੰ ਵੀ ਰਾਈਟ ਆਨਸਰ ਪਤਾ ਹੈ ਜ਼ਰੂਰ ਦੱਸਿਓ ਸੋ ਇਹਦਾ ਜੀ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਪੰਜ ਦਰਿਆਵਾਂ ਦੀ ਧਰਤੀ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਪੰਜਾਬ ਨਾਮ ਦਾ ਸੰਬੰਧਿਤ ਸ਼ਬਦ ਕਿਹੜਾ ਹੈ ਅਰਥ ਹੈ ਜਾਂ ਠੀਕ ਹੈ ਜੀ ਸੋ ਪੰਜਾਬ ਪੰਜ ਦਰਿਆਵਾਂ ਦੀ ਕੀ ਹੈ ਧਰਤੀ ਹੈ ਠੀਕ ਹੈ ਜੀ ਸੋ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲੇ ਕੁਸਚਨ ਦੇ ਵੱਲ ਹਾਂਜੀ ਅਗਲਾ ਸਵਾਲ ਜੀ ਪੰਜਾਬ ਦਾ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਕੌਣ ਬਣਿਆ ਹੈ ਸੋ ਇਹਦਾ ਜੋ ਬਿਲਕੁਲ ரைਟ ਆਨਸਰ ਹੈ ਉਹ ਹੈ ਜੀ ਬੀ ਇਸ ਦਾ ਬਿਲਕੁਲ ਆਨਸਰ ਹੋਏਗਾ ਪ੍ਰਕਾਸ਼ ਸਿੰਘ ਬਾਦਲ ਹਾਂਜੀ ਬਿਲਕੁਲ ரைਟ ਆਨਸਰ ਹੈ ਸਭ ਤੋਂ ਵੱਧ ਵਾਰ ਮੁੱਖ ਮੰਤਰੀ ਬਣਿਆ ਹੈ ਤੇ ਕਿੰਨੇ ਟਾਈਮਸ ਬਣਿਆ ਹੈ 5 ਵਾਰ ਠੀਕ ਹੈ ਜੀ 5 ਵਾਰ ਕੀ ਹੈ ਮੁੱਖ ਮੰਤਰੀ ਬਣਿਆ ਹੈ ਪ੍ਰਕਾਸ਼ ਸਿੰਘ ਬਾਦਲ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਹਾਂ ਜੇ ਅਗਲੇ ਕੁਸ਼ਨ ਦੇ ਵੱਲ हां जी, जी और आपने जी हेड ਲਿਖਿਆ ਵਿੱਚੋਂ ਕਿਹੜਾ ਪੰਜਾਬੀ ਲੋਕ ਨਾਚ ਔਰਤਾਂ ਲਈ ਇੱਕ ਨਾਚ ਰੂਪ ਨਹੀਂ ਹੈ ਸੋ ਚਾਰ ਆਪਸ਼ਨ ਹੈ ਤੁਹਾਡੇ ਸਾਹਮਣੇ ਸੋ ਇਹਦਾ ਜੋ ਬਿਲਕੁਲ ਰਾਈਟ ਆਂਸਰ ਹੈ ਉਹ ਜੀ ਬੀ ਇਸ ਦਾ ਬਿਲਕੁਲ ਰਾਈਟ ਆਂਸਰ ਹੈ ਜੁਗਣੀ हां जी ਬਿਲਕੁਲ ਰਾਈਟ ਆਂਸਰ ਹੈ ਇਹ ਕੀ ਹੈ ਔਰਤਾਂ ਦਾ ਕੀ ਹੈ ਲੋਕ ਨਾਚ ਨਹੀਂ ਹੈ ਬਾਕੀ ਜਾਗੋ ਗਿੱਧਾ ਤੇ ਕਿੱਕਲੀ ਕੀ ਹਨ ਔਰਤਾਂ ਦਾ ਇੱਕ ਲੋਕ ਨਾਚ ਰੂਪ ਹੈ ਠੀਕ ਹੈ ਜੀ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲੇ ਕੁਸ਼ਣ ਦੇ ਵੱਲ हां जी ਆਲਫ ਨੇ ਕੋਈ ਧਿਆਨ ਨਾਲ ਨਵੀਂ ਦਿੱਲੀ ਅਤੇ ਲਾਹੌਰ ਪਾਕਿਸਤਾਨ ਵਿਚਕਾਰ ਰੇਲਵੇ ਲਿੰਕ ਹੈ ਠੀਕ ਹੈ ਇਸ ਮਾਰਗ ਤੇ ਭਾਰਤ ਵਾਲੇ ਪਾਸੇ ਦਾ ਆਖਰੀ ਰੇਲਵੇ ਸਟੇਸ਼ਨ ਕਿਹੜਾ ਹੈ ਸੋ ਦੁਬਾਰਤੋਂ ਮੈਂ ਰਿਪੀਟ ਕਰਾਂ ਧਿਆਨ ਨਾਲ ਸੁਣੋ ਕਿ ਕੁਐਸਚਨ ਆਪਾਂ ਨੂੰ ਕੀ ਕਹਿ ਰਿਹਾ ਨਵੀਂ ਦਿੱਲੀ ਅਤੇ ਲਾਹੌਰ ਪਾਕਿਸਤਾਨ ਦੇ ਵਿੱਚ ਹੈ ਜੋ ਠੀਕ ਹੈ ਜੀ ਉਹਦੇ ਵਿਚਕਾਰ ਇੱਕ ਰੇਲਵੇ ਲਿੰਕ ਹੈ ਠੀਕ ਹੈ ਜੀ ਇਸ ਮਾਰਗ ਦੇ ਭਾਰਤ ਵਾਲੇ ਪਾਸਿਓਂ ਠੀਕ ਹੈ ਜੀ ਆਖਰੀ ਜੋ ਰੇਲਵੇ ਸਟੇਸ਼ਨ ਹੈ ਉਹ ਕਿਹੜਾ ਹੈ ਠੀਕ ਹੈ ਜੀ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਅਟਾਰੀ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਭਾਰਤ ਵਾਲੇ ਪਾਸਿਓਂ ਕੀ ਹੈ ਇਹ ਸਭ ਤੋਂ ਜੋ ਹੈ ਅਖੀਰਲਾ ਕੀ ਹੈ ਰੇਲਵੇ ਸਟੇਸ਼ਨ ਹੈ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਹਾਂ ਜੀ ਅਗਲਾ ਕੁਐਸਚਨ ਦੇ ਵੱਲ ਹਾਂਜੀ ਆਪਸ ਨੇ ਜੀ ਭਾਰਤ ਸਰਕਾਰ ਦੀ ਸਰਕਾਰੀ ਮੋਹਰ ਵਿੱਚ ਲਿਖਿਆਂ ਵਿੱਚੋਂ ਕਿਹੜੀ ਫਸਲ ਦਿਖਾਈ ਗਈ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਕਣਕ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਠੀਕ ਹੈ ਜੀ ਪੰਜਾਬ ਸਰਕਾਰ ਦੀ ਸਰਕਾਰੀ ਮੋਹਰ ਵਿੱਚ ਕਣਕ ਦੀ ਕੀ ਹੈ ਠੀਕ ਹੈ ਤਸਵੀਰ ਹੈ ਤੇ ਦਿਖਾਈ ਦਿੰਦੀ ਹੈ ਬਾਕੀ ਚੱਲਦੇ ਆ ਜੀ ਅਗਲਾ ਕੁਸ਼ਣ ਦੇ ਨਾਲ ਜਰੂਰ ਧਿਆਨ ਵਿੱਚ ਰੱਖਿਓ ਹਾਂਜੀ ਆਪਾਂ ਜੀ ਕਿਹੜਾ ਦਰਿਆ ਪੰਜਾਬ ਦੇ ਮਾਲਵਾ ਅਤੇ ਦੁਆਬਾ ਖੇਤਰ ਨੂੰ ਵੰਡਦਾ ਹੈ ਅੱਗੇ ਵੀ ਇਹ ਕੁਸ਼ਣ ਕਰਵਾਇਆ ਹੈ ਤੇ ਦੁਬਾਰਤ ਉਹ ਕੀ ਹੈ ਰਿਪੀਟ ਹੋਗਾ ਜਿੰਨੇ ਵੀ ਕੁਸ਼ਣ ਰਿਪੀਟ ਹੋ ਰਿਆ ਨਾ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਪੁੱਛੇ ਜਾਂਦੀ ਇਹਨਾਂ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਸੋ ਹੁਣ ਤੁਸੀਂ ਮੈਨੂੰ ਇਸ ਦਾ ਰਾਈਟ ਆਨਸਰ ਕਮੈਂਟ ਬੋਟ ਵੀ ਦੱਸਿਓ ਹੁਣ ਮੈਂ ਆਨਸਰ ਨਹੀਂ ਦੱਸੂਗਾ ਸੋ ਬਾਕੀ ਚੱਲਦੇ ਆ ਜੀ ਅਗਲੇ ਕੁਸ਼ਣ ਦੇ ਨਾਲ ਹਾਂਜੀ ਆਲ ਆਫਟਰ ਜੀ ਪੰਜਾਬ ਵਿੱਚ ਕਿਹੜਾ ਫਲ ਸਭ ਤੋਂ ਵੱਧ ਪੈਦਾ ਹੁੰਦਾ ਹੈ ਸੋ ਇਹਦੇ ਵਿੱਚ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਕਿਨੂ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਪੰਜਾਬ ਵਿੱਚ ਕੀ ਹੈ ਸਭ ਤੋਂ ਵੱਧ ਫਲ ਪੈਦਾ ਹੁੰਦਾ ਹੈ ਉਹ ਕਿਨੂ ਹੈ ਇਸ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਠੀਕ ਹੈ ਜੀ ਸੋ ਜਰੂਰ ਧਿਆਨ ਚ ਰੱਖਿਓ ਬਾਕੀ ਚੱਲਦੇ ਆਂ ਜੀ ਅਗਲੇ ਕੁਸ਼ਚਨ ਦੇ ਬਾਅਦ ਹਾਂਜੀ ਆਲ ਆਫਟਰ ਜੀ ਇਤਿਹਾਸ ਦੇ ਤੇ ਭਾਰਤੀ ਸੁਤੰਤਰਤਾ ਸੰਨਾਨੀਆਂ ਵਿੱਚੋਂ ਕਿਸ ਨੇ ਬ੍ਰਿਟੇਨ ਵਿੱਚ ਇੱਕ ਬ੍ਰਿਟਿਸ਼ ਅਫਸਰ ਨੂੰ ਮਾਰਿਆ ਸੀ ਸੋ ਚਾਰ ਆਪਸ਼ਨ ਤੁਹਾਡੇ ਸਾਹਮਣੇ ਦੱਸੋ ਇਹਦਾ ਰਾਈਟ ਆਨਸਰ ਕੀ ਹੋਵੇਗਾ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਇਹ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਉਦਮ ਸਿੰਘ ਹਾਂਜੀ ਉਦਮ ਸਿੰਘ ਜੀ ਨੇ ਹੀ ਮਾਰਿਆ ਸੀਗਾ ਠੀਕ ਹੈ ਜੀ ਬ੍ਰਿਟਿਸ਼ ਅਫਸਰ ਸੀਗਾ ਠੀਕ ਹੈ ਜੀ ਕਿੱਥੇ ਮਾਰੇ ਲੰਡਨ ਦੇ ਵਿੱਚ ਜਾ ਕੇ ਇਹਨਾਂ ਨੇ ਕੀ ਕੀਤਾ ਸੀ ਗੋਲੀ ਮਾਰੀ ਸੀਗੀ ਠੀਕ ਹੈ ਜੀ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੀ ਅਗਲੇ ਕੁਐਸਚਨ ਦੇ ਬਾਅਦ हां जी और अठे जी पंजाब وچ ਕਿੰਨੇ ਜ਼ਿਲ੍ਹੇ ਹਨ ਠੀਕ ਹੈ ਜੀ ਮੌਜੂਦਾ ਵਰਤਮਾਨ ਦੀ ਗੱਲ ਕਰ ਰਹੇ ਆਂ ਪੰਜਾਬ وچ ਕਿੰਨੇ ਜ਼ਿਲ੍ਹੇ ਹਨ ਜਿਨਾਂ ਨੂੰ ਵੀ ਰਾਈਟ ਆਨਸਰ ਪਤਾ ਹੈ ਜਰੂਰ ਕਮੈਂਟ ਬੋਧ ਵਿੱਚ ਛੇਤੀ ਤੋਂ ਛੇਤੀ ਲਿਖ ਦਿਓ ਸੋ ਇਹਦੇ ਵਿੱਚ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਬੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ 23 हां जी ਬਿਲਕੁਲ ਰਾਈਟ ਆਨਸਰ ਹੈ ਮਲੇਰਕੋਟ ਦਾ ਇੱਕ ਜ਼ਿਲ੍ਹਾ ਬਣ ਕੇ ਆਪਣਾ ਜਿਹੜਾ 23ਵਾਂ ਜ਼ਿਲ੍ਹਾ ਜਿਸ ਨੂੰ ਕਹਿੰਦੇ ਆਂ ਆਪਾਂ ਤੇ ਪੰਜਾਬ ਵਿੱਚ ਹੁਣ ਵਰਤਮਾਨ ਵਿੱਚ ਕਿੰਨੇ ਜ਼ਿਲ੍ਹੇ ਹਨ 22 ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਤੁਸੀਂ ਜਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਆ ਹਾਂਜੀ ਆਪਸੇ ਜੀ ਪੰਜਾਬ ਦਾ ਰਾਜ ਰੁਖ ਕਿਹੜਾ ਹੈ ਸੋ ਇਹਦਾ ਜੋ ਬਿਲਕੁਲ ரைਟ ਆਨਸਰ ਹੈ ਉਹ ਜੀ ਸ਼ੀਸ਼ਮ ਹਾਂਜੀ ਸ਼ੀਸ਼ਮ ਨੂੰ ਆਪਾਂ ਕੀ ਕਹਿੰਦੇ ਆ ਆਪਾਂ ਦੇ ਵਿੱਚ ਪੰਜਾਬੀ ਵਿੱਚ ਟਾਲੀ ਠੀਕ ਹੈ ਜੀ ਟਾਲੀ ਜੋ ਹੈ ਪੰਜਾਬ ਦਾ ਕੀ ਹੈ ਰਾਜ ਰੁਖ ਹੈ ਟ੍ਰੀ ਹੈ ਠੀਕ ਹੈ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੀ ਅਗਲ ਕਵਸਚਨ ਦੇ ਵੱਲ ਤੇ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗ ਰਹੀ ਆ ਸੋ ਵੀਡੀਓ ਨੂੰ ਲਾਈਕ ਕਰਿਓ ਜਰੂਰ ਕਰਿਓ ਤੇ ਸ਼ੇਅਰ ਵੀ ਜਰੂਰ ਕਰਿਓ ਬਾਕੀ ਚੱਲਦੇ ਆ ਜੀ ਆਪਾਂ ਅਗਲ ਕਵਸਚਨ ਦੇ ਵੱਲ जी, जी, हां आ, जाना जाना दी दी जी आरव जी वारिश शाह प्रसिद्ध पंजाबी कवि केस रोमांटिक कहानी, कहानी है है, थे दे काव्यात्मक वर्णन ਲਈ ਜਾਣਿਆ ਜਾਂਦਾ ਹੈ ਤੁਸੀਂ ਕਿਹੜਿਆ ਕਿਹੜੀ ਰੋਮਾਂਟਿਕ ਕਹਾਣੀ ਬਾਰੇ ਜਾਣਿਆ ਜਾਂਦਾ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਜੀ ਬੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਹੀਰ ਰਾਂਝਾ हां जी ਬਿਲਕੁਲ ਰਾਈਟ ਆਨਸਰ ਹੈ वारिश शाह ਜੋ ਹੈ ਪ੍ਰਸਿੱਧ ਜੋ ਇਹਨਾਂ ਦੀ ਕਵੀ ਕਹਾਣੀ ਹੈ ਜਾਂ ਰੋਮਾਂਟਿਕ ਕਹਾਣੀ ਹੈ ਠੀਕ ਹੈ ਆਪਾਂ ਕਹਿ ਸਕਦੇ ਹਾਂ ਉਹ ਹੈ ਜੀ ਹੀਰ ਤੇ ਰਾਂਝਾ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ ਹਾਂਜੀ ਆਪਾਂ ਜੀ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ ਬਹੁਤ ਹੀ ਜ਼ਿਆਦਾ ਇਹਨਾਂ ਪ੍ਰਸ਼ਨ ਹੈ ਜਰੂਰ ਧਿਆਨ ਵਿੱਚ ਰੱਖਿਓ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਬੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਮੋਹਾਲੀ ਹਾਂਜੀ ਰਾਈਟ ਆਨਸਰ ਹੈ ਇਹਦਾ ਵੀ ਮੋਹਾਲੀ ਠੀਕ ਹੈ ਜੀ ਮੋਹਾਲੀ ਸ਼ਹਿਰ ਹੈ ਇੱਕ ਹੈ ਜੇ ਪੰਜਾਬ ਦਾ ਜਿਸ ਵਿੱਚ ਕੀ ਹੈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ ਜਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ ਹਾਂਜੀ ਆਪਾਂ ਜੀ ਬਾਦਸ਼ਾਹ ਅਕਬਰ ਕਿਸ ਸਥਾਨ ਤੇ ਗੱਦੀ ਤੇ ਬੈਠਾ ਸੀ ਸੋ ਅਕਬਰ ਕਿਸ ਸਥਾਨ ਤੇ ਬੈਠੇ ਸੀ ਗੱਦੀ ਤੇ ਤੇ ਕਦੋਂ ਬੈਠਾ ਸੀ ਇਹ ਵੀ ਤੁਹਾਨੂੰ ਨਾਲ ਨਾਲ ਦੱਸਾਂਗੇ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਜੀ ਉਹ ਹੈ ਜੀ ਸੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਕਲਾਨੌਰ ਚ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਬਾਦਸ਼ਾਹ ਠੀਕ ਹੈ ਜੀ ਅਕਬਰ ਸੀਗਾ ਜੋ ਕਿਸ ਸਥਾਨ ਤੇ ਗੱਦੀ ਤੇ ਬੈਠਾ ਸੀ ਕਲਾਨੌਰ ਵਿੱਚ ਤੇ ਕਦੋਂ ਬੈਠਾ ਸੀ 1556 ਦੇ ਵਿੱਚ ਠੀਕ ਹੈ ਜੀ ਇਹਦਾ ਬਿਲਕੁਲ ਰਾਈਟ ਆਨਸਰ ਹੈ ਸਾਨੂੰ ਵੀ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲਾ ਕੁਸ਼ਣ ਦੇ ਵੱਲ ਹਾਂਜੀ ਆਪਾਂ ਜੀ ਪੰਜਾਬ ਦਾ ਕਿਹੜਾ ਕਸਬਾ ਗੁਰੂ ਕੀ ਕਾਂਸੀ ਵਜੋਂ ਜਾਣਿਆ ਜਾਂਦਾ ਹੈ ਜਿਸ ਨੂੰ ਵੀ ਰਾਈਟ ਆਨਸਰ ਪਤਾ ਹੈ ਜਰੂਰ ਕਮੈਂਟ ਬੋਡ ਵਿੱਚ ਦੱਸਿਓ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਤਲਵੰਟੀ ਸਾਬੋ ਹਾਂਜੀ ਰਾਈਟ ਆਨਸਰ ਹੈ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਪੰਜਾਬ ਦਾ ਕਿਹੜਾ ਕਸਬਾ ਹੈ ਜਿਸ ਨੂੰ ਗੁਰੂ ਕੀ ਕਾਂਸੀ ਵਜੋਂ ਜਾਣਿਆ ਜਾਂਦਾ ਹੈ ਤੁਹਾਡਾ ਬਿਲਕੁਲ ਆਨਸਰ ਹੋਏਗਾ ਤਲਵੰਡੀ ਸਾਬੋ ਇਸ ਦਾ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਠੀਕ ਹੈ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ हां जी और जी हड़प्पा सभ्यता काल ਦੇ ਅਵਿਸ਼ੇਸ਼ ਪੰਜਾਬ ਦੇ ਕਿਸ ਸਥਾਨ ਤੋਂ ਮਿਲੇ ਹਨ ਸੋ ਕਿਹੜਾ ਸਥਾਨ ਹੈ ਜੀ ਇਹ ਤੁਹਾਨੂੰ ਦੱਸਣਾ ਹੈ ਸੋ ਇਧਰ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਸੰਗੋਲ ਹਾਂ ਜੀ ਬਿਲਕੁਲ ਰਾਈਟ ਆਨਸਰ ਹੈ ਸੰਗੋਲ ਸੀਗੀ ਇੱਕ ਇਸ ਦਾ ਠੀਕ ਕਸਬਾ ਸੀ ਪੰਜਾਬ ਦਾ ਸਥਾਨ ਸੀਗਾ ਜਿੱਥੇ ਕਿ ਹੜੱप्पा सभ्यता ਦੇ ਕਾਲ ਦੇ ਅਵਿਸ਼ੇਸ਼ ਮਿਲੇ ਸੀਗੇ ਠੀਕ ਹੈ ਜੀ ਅੰਸ਼ ਮਿਲੇ ਸੀਗੇ ਸੋ ਜ਼ਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੀਆਂ ਜੀ ਅਗਲੇ ਕੁਸ਼ਣ ਦੇ ਵੱਲ ਹਾਂ ਜੀ ਲਾਸਟ ਹੈ ਜੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਪੰਜਾਬ ਖੇਤਰ ਦੀਆਂ ਕੁਝ ਰਿਆਸਤਾਂ ਨੂੰ ਮਿਲਾ ਕੇ ਪੈਪਸੂ ਰਾਜ ਬਣਾਇਆ ਗਿਆ ਪੈਪਸੂ ਰਾਜ ਦਾ ਹਿੱਸਾ ਕਿੰਨੀਆਂ ਰਿਆਸਤਾਂ ਸੀਗੀਆਂ ਠੀਕ ਹੈ ਕਿੰਨੀਆਂ ਰਿਆਸਤਾਂ ਸੀਗੀਆਂ ਪੈਪਸੂ ਵਿੱਚ ਸੋ ਇਹਦਾ ਜੋ ਬਿਲਕੁਲ ਰਾਈਟ ਆਂਸਰ ਹੈ ਉਹ ਜੀ 8 ਇਸ ਦਾ ਬਿਲਕੁਲ ਰਾਈਟ ਆਂਸਰ ਹੈਗਾ ਭਾਰਤ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਕੇ ਧਿਆਨ ਨਾਲ ਦੇਖੋ ਪੰਜਾਬ ਖੇਤਰ ਦੀਆਂ ਕੁਝ ਰਿਆਸਤਾਂ ਨੂੰ ਮਿਲਾ ਕੇ ਪੈਪਸੂਰਾਜ ਬਣਾਇਆ ਗਿਆ ਠੀਕ ਹੈ ਜੀ ਤੇ ਪੈਪਸੂ ਦਾ ਹਿੱਸਾ ਕਿੰਨੇ ਆ ਰਿਆਸਤਾਂ ਸੀਗਾ ਤੁਹਾਡਾ ਬਿਲਕੁਲ ਰਾਈਟ ਅਨਸਰ ਹੋਵੇਗਾ ਨੰਬਰ ਆਫ 8 ਠੀਕ ਹੈ ਜੀ ਇਹ ਰਿਆਸਤਾਂ ਸੀਗੀਆਂ ਠੀਕ ਹੈ ਸੋ ਜਰੂਰ ਧਿਆਨ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ ਹਾਂਜੀ ਹਲਾਸ਼ਾ ਜੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੀ ਗੱਦੀ ਤੇ ਕੌਣ ਬੈਠਾ ਸੀ ਸੋ ਜਰੂਰ ਧਿਆਨ ਰੱਖਿਓ ਜੋ ਵੀ ਇਸ ਦਾ ਰਾਈਟ ਅਨਸਰ ਹੋਏਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਸੋ ਇਹਨਾਂ ਜੋ ਬਿਲਕੁਲ ਆਈਟਮਸ ਰਹਾ ਉਹ ਹੈ ਜੀ ਖੜਕ ਸਿੰਘ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਤੇ ਖੜਕ ਸਿੰਘ ਜੀ ਕੌਣ ਸਨ ਇਹਨਾਂ ਦੇ ਹੀ ਵੱਡੇ ਪੁੱਤਰ ਸਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਠੀਕ ਹੈ ਜੀ ਤੇ ਇਹੀ ਸੀ ਉਹਨਾਂ ਤੋਂ ਬੋਤਵਾ ਜੋ ਸੀ ਗੱਦੀ ਤੇ ਬੈਠੇ ਸੀਗੇ ਲਾਹੌਰ ਦਰਬਾਰ ਦੀ ਗੱਦੀ ਤੇ ਸੋ ਜ਼ਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਹਾਂ ਜੀ ਆਪਾਂ ਅਗਲੇ ਕੁਐਸਚਨ ਦੇ ਬਾਅਦ ਹਾਂਜੀ ਹਾਲ ਫੇ ਜੀ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਬਣਾਈ ਗਈ ਯਾਦਗਾਰ ਦਾ ਕੀ ਨਾਮ ਹੈ ਸੋ ਜ਼ਰੂਰ ਧਿਆਨ ਦੇ ਰੱਖਿਓ ਜੋ ਵੀ ਇਦਾਂ ਦਾ ਆਈਟਮ ਹੋਏਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐ ਇਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਂਸਰ ਹੈ ਉਹ ਹੈ ਜੀ ਜੰਗ ਏ ਆਜ਼ਾਦੀ ਯਾਦਗਾਰ ਹਾਂਜੀ ਬਿਲਕੁਲ ਰਾਈਟ ਆਂਸਰ ਐ ਇਸ ਦਾ ਤੇ ਜੇਕਰ ਤੁਹਾਨੂੰ ਪੁੱਛਿਆ ਗਿਆ ਆਨੰਦਪੁਰ ਸਾਹਿਬ ਵਿੱਚ ਕਿਹੜੀ ਐ ਤਾਂ ਉਹ ਹੈ ਜੀ ਵਿਰਾਸਤ ਏ ਖਾਲਸਾ ਸੋ ਦੋਵੇਂ ਯਾਦ ਰੱਖਿਓ ਇਗਜ਼ਾਮ ਵਿੱਚ ਦੋਨਾਂ ਵਿੱਚੋਂ ਇੱਕ ਜ਼ਰੂਰ ਪੁੱਛੀ ਜਾ ਸਕਦੀ ਹੈ ਬਾਕੀ ਚੱਲਦੇ ਹਾਂ ਜੀ ਅਗਲੇ ਕੁਸ਼ਨ ਦੇ ਬਾਅਦ ਜ਼ਰੂਰ ਧਿਆਨ ਵਿੱਚ ਰੱਖਿਓ ਹਾਂਜੀ ਆਲਸ ਜੀ ਸਿੱਖ ਰਾਜ ਦੀ ਸਥਾਪਨਾ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਸੀ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਸਿੱਖ ਰਾਜ ਸਥਾਪਨਾ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਸੀਗਾ ਤੁਹਾਡਾ ਬਿਲਕੁਲ ਰਾਈਟ ਆਨਸਰ ਹੋਏਗਾ ਬਾਬਾ ਬੰਦਾ ਸਿੰਘ ਬਹਾਦਰ ਸੋ ਜਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਐਸਚਨ ਦੇ ਵੱਲ हां जी, जी, वेरी वेरी जी आ लास्ट ਹੈ ਜੀ ਪਹਿਲੀ ਐਂਗਲੋ ਸਿੱਖ ਜੰਗ ਕਦੋਂ ਸ਼ੁਰੂ ਹੋਈ ਸੀ ਬਹੁਤ ਹੀ ਜ਼ਿਆਦਾ ਇਹਨਾਂ ਪ੍ਰਸ਼ਨ ਹੈ ਵੈਰੀ ਵੈਰੀ ਇਨਪੋਨੋ ਕੁਸ਼ਨ ਹੈ ਠੀਕ ਹੈ ਜੀ ਮੈਂ ਲਿਖ ਰਿਹਾ एग्जाम ਵਿੱਚ ਜ਼ਰੂਰ ਪੁੱਛਿਆ ਜਾ ਸਕਦਾ ਹੈ ਸੋ ਇਹਦਾ ਜੋ ਬਿਲਕੁਲ ਆਈਟਮਸ ਰ ਹੈ ਉਹ ਜੀ ਦਸੰਬਰ 1845 ਠੀਕ ਹੈ ਜੀ ਤਰੀਕਾ ਦੱਸ ਰਿਹਾ 11 ਦਸੰਬਰ ਤੋਂ 18 ਤੋਂ 45 ਵਿੱਚ ਕੀ ਹੋਈ ਸੀ ਪਹਿਲੀ ਐਂਗਲੋ ਸਿੱਖ ਜੰਗ ਹੋਈ ਸੀ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਹਾਂ ਜੇ ਆਪਾਂ ਅਗਲੇ ਕੁਸ਼ਨ ਦੇ ਵੱਲ ਹਾਂਜੀ ਹਰੋਸ਼ਣ ਜੀ ਪ੍ਰਵਾਸੀ ਪੰਛੀਆਂ ਦੀ ਆਮਦ ਲਈ ਲਿਖਿਆ ਥਾਂ ਵਿੱਚੋਂ ਕਿਹੜੀ ਥਾਂ ਮਸ਼ਹੂਰ ਹੈ ਸੋਹਿੰਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਹਰੀਕੇ ਵੈਟਲੈਂਡ ਹਾਂਜੀ ਬਿਲਕੁਲ ਰਾਈਟ ਆਨਸਰ ਆਪਾਂ ਪੰਜਾਬ ਦੇ ਵਿੱਚ ਹੀ ਆਉਂਦਾ ਹੈ ਠੀਕ ਹੈ ਤੇ ਇੱਥੇ ਮੰਨਿਆ ਹੁੰਦਾ ਹੈ ਠੀਕ ਹੈ ਜੀ ਬਹੁਤ ਚਿਰ ਤੋਂ ਮੰਨਿਆ ਜਾਂਦਾ ਕਿ ਇੱਥੇ ਜਦੋਂ ਗਰਮੀਆਂ ਹੁੰਦੀਆਂ ਹਨ ਠੀਕ ਹੈ ਤੇ ਇੱਥੇ ਜੋ ਪ੍ਰਵਾਸੀ ਪੰਛੀ ਆਉਂਦੇ ਹਨ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਇੱਥੇ ਪਾਏ ਜਾਂਦੇ ਹਨ ਠੀਕ ਹੈ ਜੀ ਸੋ ਜ਼ਰੂਰ ਧਿਆਨ ਦੇ ਰੱਖਿਓ ਹਰੀਕੇ ਵੈਟਲੈਂਡ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਹਾਂਜੀ ਅਗਲਾ ਅਗਲਾ ਆਪਸ਼ਨ ਹੈ ਜੀ ਜਲੰਧਰ ਸ਼ਹਿਰ ਹੇਠ ਲਿਖਿਆਂ ਵਿੱਚੋਂ ਕਿਸ ਉਦਯੋਗ ਲਈ ਮਸ਼ਹੂਰ ਹੈ ਅੱਗੇ ਵੀ ਇਹ ਆਪਾਂ ਕੁਸ਼ਣ ਕੀਤਾ ਹੈ ਤੇ ਘੁਮਾ ਫਰਾ ਕੇ ਇਸ ਤਰ੍ਹਾਂ ਹੀ ਤੁਹਾਨੂੰ ਕੁਸ਼ਣ ਕੀ ਹੈ ਵਾਰ-ਵਾਰ ਐਦਾਂ ਦੇ ਕੁਸ਼ਣ ਨਹੀਂ ਪੁੱਛੇ ਜਾਣਗੇ ਠੀਕ ਹੈ ਜੀ ਸੋ ਇਸ ਤਰ੍ਹਾਂ ਕੁਸ਼ਣ ਨਹੀਂ ਪੁੱਛ ਸਕਦਾ ਤੇ ਆਪਾਂ ਪਹਿਲਾਂ ਵੀ ਕੁਸ਼ਣ ਕੀਤਾ ਸੀ ਉਸ ਤਰ੍ਹਾਂ ਵੀ ਕੁਸ਼ਣ ਨੂੰ ਪੁੱਛ ਸਕਦਾ ਹੈ ਸੋ ਇਹਦਾ ਜੇ ਬਿਲਕੁਲ ਆਈਟਮ ਹੋਏਗਾ ਖੇਡਾਂ ਦੇ ਸਮਾਨ ਦਾ ਨਿਰਮਾਣ ਠੀਕ ਹੈ ਜੀ ਸਭ ਤੋਂ ਜ਼ਿਆਦਾ ਕਰਦਾ ਹੈ ਤੇ ਇਸ ਲਈ ਹੀ ਇਹ ਮਸ਼ਹੂਰ ਹੈ ਖੇਡਾਂ ਦੇ ਸਮਾਨ ਲਈ ਕਿਹੜਾ ਸ਼ਹਿਰ ਜਲੰਧਰ ਸ਼ਹਿਰ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਸ਼ਨ ਦੇ ਵੱਲ ਹਾਂਜੀ ਹਰਤਾ ਜੀ ਅੱਜ ਦੇ ਪੰਜਾਬ ਦੀ ਸ਼ਕਲ ਹੇਠ ਲਿਖਿਆ ਰੇਖਾਂ ਗਣਨਿਤਿਕ ਚਿੱਤਰਾਂ ਨਾਲ ਮਿਲਦੀ ਜੁਲਦੀ ਹੈ ਦੱਸੋ ਜੀ ਕਿਹੜੀ ਗਣਨਿਤਿਕ ਚਿੱਤਰ ਹੈ ਜਿਸ ਨਾਲ ਕੀ ਪੰਜਾਬ ਦੀ ਸ਼ਕਲ ਜੋ ਹੈ ਮਿਲਦੀ ਹੈ ਸੋ ਇਹਦਾ ਜੇ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਤਿਕੋਣਾ ਹਾਂਜੀ ਬੀ ਇਸ ਦਾ ਬਿਲਕੁਲ ਰਾਈਟ ਆਨਸਰ ਹੈਗਾ ਤਿਕੋਣ ਦੇ ਆਕਾਰ ਦਾ ਹੈ ਆਪਣਾ ਕੀ ਹੈ ਜੋ ਅੱਜ ਦਾ ਪੰਜਾਬ ਹੈ ਦੀ ਸ਼ਕਲ ਤਿਕੋਣ ਦੇ ਵਰਗੀ ਹੈ ਠੀਕ ਹੈ ਜੀ ਸੋ ਜ਼ਰੂਰ ਧਿਆਨ ਦੇ ਰੱਖਿਓ ਤਿਕੋਣ ਪਾਵਦੇ ਤਿੰਨ 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 ਰਾਵਾਂ ਠੀਕ ਹੈ ਜੀ ਇਸ ਤਰ੍ਹਾਂ ਹੁੰਦਾ ਹੈ ਇਸ ਤਰ੍ਹਾਂ ਦਾ ਆਪਣਾ ਕੀ ਹੈ ਪੰਜਾਬ ਦੀ ਸ਼ਕਲ ਹੈ ਸੋ ਜ਼ਰੂਰ ਧਿਆਨ ਦੇ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਸਚਨ ਦੇ ਬਾਅਦ ਹਾਂਜੀ ਆਲਸ ਜੀ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਲੁਧਿਆਣਾ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਠੀਕ ਹੈ ਜੀ ਸੋ ਜ਼ਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਸ਼ਣ ਦੇ ਵੱਲ ਹਾਂਜੀ ਅਗਰ ਆਪਸ਼ਨ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਕਿਹੜਾ ਹੈ ਬਹੁਤ ਹੀ ਜ਼ਿਆਦਾ ਇਹਨਾਂ ਪੁੱਛਣਾ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਪਟਨਾ ਬਿਹਾਰ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਤੇ ਕਦੋਂ ਐਸੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1668 ਇਹ ਵੀ ਤੁਸੀਂ ਥੰਨ ਜੋ ਹੈ ਯਾਦ ਰੱਖਣਾ ਹੈ ਠੀਕ ਹੈ ਜੀ ਇਗਜ਼ਾਮ ਵਿੱਚ ਪੁੱਛਿਆ ਜਾ ਸਕਦਾ ਹੈ ਬਾਕੀ ਚੱਲਦੇ ਆ ਜੀ ਅਗਲੇ ਕੁਸ਼ਣ ਦੇ ਬਾਅਦ ਹਾਂਜੀ ਆਲ ਆਫ ਹੈ ਜੀ ਪੰਜਾਬ ਸਰਕਾਰ ਦੀ ਗਰੀਬ ਲੋਕਾਂ ਲਈ ਬੀਮਾ ਯੋਜਨਾ ਕਿਸ ਵਿਅਕਤੀ ਦੇ ਨਾਂ ਤੇ ਹੈ ਦੱਸੋ ਜੀ ਕਿਸ ਵਿਅਕਤੀ ਦੇ ਨਾਂ ਤੇ ਹੈ ਸੋ ਇਹਦਾ ਜੋ ਬਿਲਕੁਲ ਰਾਈਟ ਆਨਸਰ ਹੈ ਉਹ ਹੈ ਜੀ ਭਗਤ ਪੂਰਨ ਸਿੰਘ ਹਾਂਜੀ ਬਿਲਕੁਲ ਰਾਈਟ ਆਨਸਰ ਹੈ ਇਸ ਦੇ ਕਾਰਡ ਹੀ ਬਣਾਏ ਜਾਂਦੇ ਹਨ ਠੀਕ ਹੈ ਜੀ ਸੋ ਪੰਜਾਬ ਸਰਕਾਰ ਦੀ ਗਰੀਬ ਲੋਕਾਂ ਨੂੰ ਜੋ ਬੀਮਾ ਯੋਜਨਾ ਹੈ ਉਸ ਵਿਅਕਤੀ ਦਾ ਨਾਮ ਹੈ ਕਿਸ ਵਿਅਕਤੀ ਦੇ ਨਾਮ ਤੇ ਰੱਖਿਆ ਗਿਆ ਹੈ ਭਗਤ ਪੂਰਨ ਸਿੰਘ ਜੀ ਇਸ ਦਾ ਬਿਲਕੁਲ ਰਾਈਟ ਆਨਸਰ ਹੋਵੇਗਾ ਠੀਕ ਹੈ ਤੋ ਜਰੂਰ ਧਿਆਨ ਵਿੱਚ ਰੱਖਿਓ ਬਾਕੀ ਚੱਲਦੇ ਆ ਜੀ ਆਪਾਂ ਅਗਲੇ ਕੁਸ਼ਣ ਦੇ ਵੱਲ ਹਾਂਜੀ ਆਲਾਟਾ ਜੀ ਬਿਆਸ ਦਰਿਆ ਤੇ ਲਿਖਿਆ ਡੈਮਾਂ ਵਿੱਚੋਂ ਕਿਹੜਾ ਡੈਮ ਬਣਾਇਆ ਹੈ ਦੱਸੋ ਜੀ ਕਿਹੜਾ ਡੈਮ ਬਣਾਇਆ ਹੈ ਸੋ ਇਹਦਾ ਜੋ ਰਾਈਟ ਆਨਸਰ ਹੈ ਉਹ ਹੈ ਜੀ ਭੋਗ ਡੈਮ ਅਤੇ ਪੰਡੋਰ ਡੈਮ ਇਸ ਦਾ ਬਿਲਕੁਲ ਰਾਈਟ ਆਨਸਰ ਹੋਏਗਾ ਤੁਸੀਂ ਜਰੂਰ ਧਿਆਨ ਵਿੱਚ ਰੱਖਿਓ ਭੋਗ ਡੈਮ ਤੇ ਪੰਡੋਰ ਡੈਮ ਦੋਨੋਂ ਹੀ ਬਿਆਸ ਦਰਿਆ ਤੇ ਬਣੇ ਹਨ ਠੀਕ ਹੈ ਸੋ ਅੱਜ ਦੀ ਵੀਡੀਓ ਲਈ ਬਸ ਐਨ ਆਈ ਹੋਪ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੀ ਹੋਵੇਗੀ ਤੇ ਪਸੰਦ ਆਈ ਹੋਵੇਗੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੇ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਅਤੇ ਹੋਰ ਜਾਣਕਾਰੀ ਥਰ ਟੈਲੀਗ੍ਰam ਗਰੁੱਪ ਨੂੰ ਜਰੂਰ ਜੁਆਇਨ ਕਰ ਲਓ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਤਾਂ ਮਿਲਦੇ ਹਾਂ ਜੀ ਆਪਾਂ ਐਦਾਂ ਦੀ ਇੱਕ ਹੋਰ ਨਵੀਆਂ ਨਾਲ ਉਰ ਉ ਤੱਕ ਲਈ ਰੱਬ ਰਾਖਾ